और कौन फैमिली मेंबर जी, कौन कौन है? मैं बस और कोई नहीं है। अब तो पहले फोन कितने लाया दोस्तों सही। नहीं मैं तेनों कह लगा तेरी जी वी भैन आ उन्होंने फोटोग्राफरी का बड़ा शौक आ, तो थोड़ा समझा उन्होंने भी फोटोग्राफरियां इदा नहीं खरीदी होंगे कि वीडियो बनाई दी हाँ जी है। ठीक है, जे फोटोग्राफरी की नजायज वीडियो बनाई है तो केस पैंग पैंदा हुंदा है, पता वा तुहानू? हाँ जी, पर भाजी बोलन कौन दे। मैं तुम दस रहा वा, मैं दस दिना कौन बोलता वा, केस पैंदा हुंदा वा जे आपां किसी की बिना पुछ तो वीडियो बनाईए, तो जे उन्हें वीडियो इदा बनाउणी है ना तो गली च फिर नंगे करके उहदी वीडियो बना के तो नैट ते पावांगे, फिर चंगी रहूगी। चंगी तरह समझो, ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਵੀਡੀਓ ਦੀ ਗੱਲ ਕਰ ਰਿਹਾ ਹੈ। ਆਓ ਉਹ ਵੀਡੀਓ ਵੀ ਦੇਖਦੇ ਹਾਂ। ਇਸ ਵੀਡੀਓ ਵਿੱਚ ਇੱਕ ਲੜਕੀ ਇੱਟਾਂ ਰੋੜੇ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੀ ਵੀਡੀਓ ਆਡੀਓ ਵਾਲੇ ਲੜਕੇ ਦੀ ਭੈਣ ਦੇ ਵੱਲੋਂ ਬਣਾਈ ਗਈ ਤੇ ਜਿਹੜਾ NRI ਇਸ ਨੂੰ ਧਮਕੀ ਦੇ ਰਿਹਾ ਹੈ ਉਹ ਇੱਟਾਂ ਰੋੜੇ ਚਲਾਉਣ ਵਾਲੀ ਲੜਕੀ ਦਾ ਭਰਾ ਹੈ। ਤੁਸੀਂ ਕਿਹਨੂੰ ਲਾਇਆ ਫੋਨ ਭਾਜੀ? ਮੈਂ ਫੋਨ ਲਾਇਆ ਇੱਥੇ ਹੀ ਅੰਮ੍ਰਿਤਸਰ ਹੀ ਲਾਇਆ ਫੋਨ। ਕੌਣ ਬੋਲਦੇ, ਕੀ ਨਾਂ ਤੁਹਾਡਾ? ਤੁਸੀਂ ਹਰਸ਼ਦੀਪ ਕੌਣ ਬੋਲਦੇ ਜੀ? ਨੰਬਰ ਤੁਹਾਡਾ ਤਾਂ ਨਹੀਂ ਹੈ, ਲੇਡੀਜ਼ ਦਾ ਨੰਬਰ ਆ ਗਿਆ ਇੱਦਾਂ ਹਾਂਜੀ ਹੈ? ਹਾਂਜੀ, ਮੇਰਾ ਹੀ ਹੈ ਸਰ ਨੰਬਰ, ਮੇਰੇ ਮੰਮਾ ਦੇ ਪ੍ਰੂਫ ਤੇ ਹੈ। ਤੇਰੇ ਮੰਮਾ ਦੇ ਪ੍ਰੂਫ ਤੇ? ਹਾਂਜੀ, ਪਾਪਾ ਤਰੇ ਕੀ ਕਰਦੇ ਆ? ਪਾਪਾ ਪੁਲਿਸ 'ਚ ਹੈ। ਅੱਛਾ, ਪਾਪਾ ਪੁਲਿਸ ਆ। ਤੇ ਹੋਰ ਕੌਣ ਫੈਮਿਲੀ ਮੈਂਬਰ 'ਚ ਕੌਣ ਕੌਣ ਆ? ਮੈਂ ਬਸ ਹੋਰ ਕੋਈ ਨਹੀਂ ਹੈ। ਤੁਸੀਂ ਪਹਿਲਾਂ ਫੋਨ ਕਿੱਥੇ ਲਾਇਆ ਦੱਸੋ ਸਹੀ। ਨਹੀਂ ਮੈਂ ਤੈਨੂੰ ਕਹਿਣ ਲੱਗਾ ਤੇਰੀ ਜਿਹੜੀ ਵੱਡੀ ਭੈਣ ਆ ਉਹਨਾਂ ਨੂੰ ਫੋਟੋਗ੍ਰਾਫਰੀ ਦਾ ਬੜਾ ਸ਼ੌਂਕ ਆ, ਤੇ ਥੋੜ੍ਹਾ ਸਮਝਾ ਉਹਨਾਂ ਨੂੰ ਵੀ ਫੋਟੋਗ੍ਰਾਫਰੀਆਂ ਇੱਦਾਂ ਨਹੀਂ ਖਰੀਦੀ ਹੁੰਦੀਆਂ ਕਿਸੇ ਦੀਆਂ ਵੀਡੀਓ ਬਣਾਈ ਦੀਆਂ ਹਾਂਜੀ ਹੈ। ਠੀਕ ਆ, ਜੇ ਫੋਟੋਗ੍ਰਾਫਰੀ ਦੀ ਨਜਾਇਜ਼ ਵੀਡੀਓ ਬਣਾਈ ਹੈ ਤੇ ਕੇਸ ਪੈਂਗ ਪੈਂਦਾ ਹੁੰਦਾ ਹੈ, ਪਤਾ ਵਾ ਤੁਹਾਨੂੰ? ਹਾਂਜੀ, ਪਰ ਭਾਜੀ ਬੋਲਣ ਕੌਣ ਦੇ। ਮੈਂ ਤੁਹਾਨੂੰ ਦੱਸਣ ਡਿਆ ਵਾ, ਮੈਂ ਦੱਸ ਦਿੰਦਾ ਕੌਣ ਬੋਲਦਾ ਵਾ, ਕੇਸ ਪੈਂਦਾ ਹੁੰਦਾ ਵਾ ਜੇ ਆਪਾਂ ਕਿਸੇ ਦੀ ਬਿਨਾਂ ਪੁੱਛ ਤੋਂ ਵੀਡੀਓ ਬਣਾਈਏ, ਤੇ ਜੇ ਉਹਨੇ ਵੀਡੀਓ ਇੱਦਾਂ ਬਣਾਉਣੀ ਆ ਨਾ ਤੇ ਗਲੀ 'ਚ ਫਿਰ ਨੰਗੇ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਨੈੱਟ ਤੇ ਪਾਵਾਂਗੇ, ਫਿਰ ਚੰਗੀ ਰਹੂਗੀ। ਇਹ ਮਾਮਲਾ ਹੈ ਅੰਮ੍ਰਿਤਸਰ ਦੇ ਨਿਊ ਪ੍ਰਤਾਪ ਨਗਰ ਦਾ, ਜਿੱਥੋਂ ਦੇ ਲੋਕ ਦਹਿਸ਼ਤ ਵਿੱਚ ਜ਼ਿੰਦਗੀ ਜੀ ਰਹੇ ਨੇ। ਦਰਅਸਲ ਕਿਹਾ ਜਾ ਰਿਹਾ ਹੈ ਕਿ ਇੱਟਾਂ ਰੋੜੇ ਮਾਰਨ ਵਾਲੀ ਲੜਕੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਤੇ ਉਸਨੇ ਇਲਾਕੇ ਦੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਇੱਟਾਂ ਰੋੜਿਆਂ ਦੇ ਨਾਲ ਇਸਨੇ ਕਿਸੇ ਦਾ AC ਤੋੜ ਦਿੱਤਾ ਤੇ ਕਿਸੇ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਕਿਸੇ ਦੇ ਘਰ ਦੇ ਦਰਵਾਜ਼ਿਆਂ ਤੇ ਇੱਟਾਂ ਰੋੜੇ ਮਾਰੇ। ਇੱਥੇ ਇੱਕ ਕੁੜੀ ਰਹਿੰਦੀ ਆ, ਦੋ ਘਰ ਛੱਡ ਕੇ, ਆਹ ਮੇਰਾ ਘਰ ਵਾ, ਇੱਥੇ ਉਹ ਇੱਟਾਂ ਮਾਰ ਕੇ ਗਈ, ਸਵੇਰੇ ਵੀ ਰਾਤ ਵੀ ਬਥੇਰਾ ਕੁਛ ਕਰਕੇ ਗਈ ਆ ਇੱਥੇ, ਅਤੇ ਉਹ ਸਾਰੇ ਜਣੇ ਉਹਦੇ ਘਰ ਦੇ ਕਹਿੰਦੇ ਆ ਮੈਂਟਲ ਆ, ਅਤੇ ਉਹ ਮੈਂਟਲ ਨਹੀਂ ਹੈਗੀ। ਜੇ ਉਹ ਮੈਂਟਲ ਹੋਵੇ ਤਾਂ ਉਹਦੇ ਮਾਂ ਪਿਓ ਉਹਨੂੰ ਕਿਉਂ ਨਹੀਂ ਕਿਤੇ ਵਿਖਾਉਂਦੇ? ਇੰਨਾ ਕੁ ਸਵੇਰੇ ਗੱਡੀ ਭੰਨ ਗਈ, ਸਾਰੀ ਗੱਡੀ ਭੰਨ ਕੇ ਗਈ ਹੈ, ਇੰਨਾ ਨੁਕਸਾਨ ਕਰਕੇ ਗਈ ਹੈ, ਛੋਟੇ ਛੋਟੇ ਬੱਚੇ ਉੱਥੋਂ ਲੰਘਦੇ, ਉਹ ਇੱਟਾਂ ਮਾਰਦੀ ਹੈ, ਅਤੇ ਕੋਈ ਇਹਦਾ ਹੱਲ ਚਾਹੀਦਾ ਆ, ਨਹੀਂ ਤਾਂ ਹੱਲ ਕੱਢੇਗਾ ਤਾਂ ਫਿਰ ਅਸੀਂ ਧਰਨਾ ਧੁਰਨਾ ਲਾਵਾਂਗੇ ਇਹਦੇ ਇਹਨਾਂ ਦੇ ਖਿਲਾਫ। ਜਦੋਂ ਮੁਹੱਲੇ ਦੇ ਲੋਕ ਉਸ ਲੜਕੀ ਦੇ ਪਰਿਵਾਰ ਨੂੰ ਸ਼ਿਕਾਇਤ ਕਰਨ ਜਾਂਦੇ ਨੇ ਤਾਂ ਉਲਟਾ ਉਸ ਦਾ ਪਰਿਵਾਰ ਲੋਕਾਂ ਨਾਲ ਲੜਨ ਲੱਗ ਪੈਂਦਾ ਹੈ ਅਤੇ ਲੜਕੀ ਦਾ NRI ਭਰਾ ਫੋਨ ਕਰਕੇ ਧਮਕਿਆ ਦਿੰਦਾ ਹੈ। ਲੋਕਾਂ ਨੇ ਇਸ ਸਬੰਧੀ ਥਾਣਾ B ਡਿਵੀਜ਼ਨ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ। ਜਦੋਂ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਤਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਪੁਲਿਸ ਨਾਲ ਵੀ ਗਾਲੀ ਗਲੋਚ ਕੀਤਾ ਗਿਆ, ਇੱਥੋਂ ਤੱਕ ਕਿ ਪੁਲਿਸ ਵਾਲਿਆਂ ਦਾ ਮੋਟਰਸਾਈਕਲ ਤੱਕ ਤੋੜ ਦਿੱਤਾ। ਜਿਹੜਾ ਉੱਥੇ ਆ ਕੇ ਸਾਨੂੰ ਫੋਨ ਕਰ।
छे महीने हो गए ने, मैं अपने जॉब से जानी हाँ आनी हाँ। एक लड़की हैगी साढ़े इतने रह रही है, पता नहीं उन्हें की प्रॉब्लम आ। ਤੇ ਉਹ ਜਦੋਂ ਵੀ ਮਤਲਬ ਲੰਘਦੇ ਆ ਅਸੀਂ ਸਾਨੂੰ ਇੱਟਾਂ ਮਾਰਦੀ ਹੈ, ਰੋੜੇ ਮਾਰਦੀ ਹੈ, ਅੰਦਰ ਆਣਾ ਜਾਣਾ ਸਾਡਾ ਬਹੁਤ। ਇਹ ਕਾਰਨ ਦੱਸੋ ਕਿਉਂ ਇੱਟਾਂ ਮਾਰਦੀ ਕੋਈ ਗੱਲ ਤੁਹਾਡੇ ਨਾਲ? ਆਈ ਡੋਨਟ ਨੋ, ਮੈਨੂੰ ਨਹੀਂ ਪਤਾ ਕਿਉਂ ਕਿਉਂ ਸਾਡੇ ਮਗਰ ਪਈ ਹੋਈ ਹੈ। ਉਹ ਪਹਿਲਾਂ ਸਾਨੂੰ ਗਾਲਾਂ ਹੀ ਕੱਢਦੀ ਸੀ, ਪਰ ਹੌਲੀ ਹੌਲੀ ਇੱਟਾਂ ਤੱਕ ਆ ਗਈ। ਫਿਰ ਉਹਨੂੰ ਅਸੀਂ ਕੁਝ ਕਿਹਾ ਨਹੀਂ, ਪਰ ਉਹ ਵੱਧਦੀ ਜਾ ਰਹੀ ਹੈ ਹੌਲੀ ਹੌਲੀ। 6 ਮਹੀਨੇ ਹੋ ਗਏ। ਪਰਿਵਾਰ ਨੂੰ ਤੁਸੀਂ ਨਾਮਾ ਦਿੱਤਾ? ਅਸੀਂ ਬਹੁਤ ਵਾਰ ਸ਼ਿਕਾਇਤ ਕੀਤੀ ਆ ਉਹਦੇ ਪਰਿਵਾਰ ਨੇ। ਹਾਂਜੀ, ਬਹੁਤ ਵਾਰ ਸ਼ਿਕਾਇਤ ਕੀਤੀ ਆ, ਪਰ ਉਹ ਕੀ ਹਟਾ ਨਹੀਂ ਸਕਦੇ ਉਹਨੂੰ। ਪਰਿਵਾਰ ਵੀ ਨਾਲ ਲੱਗੇ? ਪਤਾ ਨਹੀਂ, ਅੱਜ ਉਹ ਹਟਾਉਂਦੇ ਨੇ ਪਰ ਉਹ ਹਟਦੀ ਨਹੀਂ ਆ। ਕੀ ਉਹ ਪਾਗਲ ਹੈ? ਸ਼ਾਇਦ ਮੈਂਟਲੀ ਡਿਸਟਰਬ ਆ, ਪਰ ਉਹ ਕਿਸੇ ਹੋਰ ਨੂੰ ਕੁਝ ਮਤਲਬ ਸਾਰੇ ਮਹੱਲੇ ਨੂੰ ਬਹੁਤ ਤੰਗ ਪਰੇਸ਼ਾਨ ਕਰ ਚੁੱਕਿਆ ਹੈ ਉਹਨਾਂ ਨੂੰ। ਸਾਰੇ ਹੀ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਸ ਮਾਮਲੇ ਸੰਬੰਧੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਜੇਕਰ ਇਹਨਾਂ ਲੋਕਾਂ ਤੇ ਕਾਰਵਾਈ ਨਾ ਕੀਤੀ ਗਈ ਤਾਂ ਇਲਾਕਾ ਨਿਵਾਸੀਆਂ ਦੇ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੋ ਕੁੜੀ ਸਾਡੇ ਮੀਟਰਾਂ ਨੂੰ ਵੀ ਅੱਗ ਲਾ ਕੇ ਚੱਲੀ ਸੀ, ਸਵੇਰੇ ਅਸੀਂ ਵੇਖਿਆ ਤੇ ਸਾਡੀ ਗੱਡੀ ਦਾ ਵੀ ਸ਼ੀਸ਼ਾ ਭੰਨ ਗਈ। ਹਾਲਾਂਕਿ ਸਾਡੇ ਘਰ ਤੋਂ ਬਹੁਤ ਦੂਰੀ ਆ ਉਹਦੀ, ਤੇ ਉਹਦੇ ਮਾਂ ਪਿਓ ਕਹਿੰਦੇ ਕਿ ਉਹ ਮੈਂਟਲ ਆ, ਮਗਰ ਅਸੀਂ ਕਹਿੰਦੇ ਉਹ ਮੈਂਟਲ ਨਹੀਂ ਹੈਗੀ। ਜੇ ਮੈਂਟਲ ਹੈਗੀ ਤਾਂ ਉਹਨੂੰ ਮੈਂਟਲ ਹੋਸਪਿਟਲ ਲੈ ਕੇ ਜਾਇਆ ਜਾਵੇ, ਉਹ ਮਹੱਲੇ ਦੇ ਕਾਬਲ ਨਹੀਂ ਹੈਗੀ। ਸਾਨੂੰ ਜਾਨ ਮਾਲ ਦਾ ਖਤਰਾ ਵਾ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਆ, ਤੇ ਸਾਡੀ ਪ੍ਰਸ਼ਾਸਨ ਤੋਂ ਬੇਨਤੀ ਆ ਕਿ ਇਹ ਕੁੜੀ ਦਾ ਕੋਈ ਹੱਲ ਕੀਤਾ ਜਾਵੇ, ਕਿਉਂਕਿ ਸਾਡੇ ਹੱਥ ਵਸ ਕੁਛ ਨਹੀਂ ਹੈਗਾ, ਜੇ ਤੁਹਾਡੇ ਹੱਥ ਵਸ ਹੈਗਾ ਪ੍ਰਸ਼ਾਸਨ ਦੇ। ਇਸ ਸ਼ਿਕਾਇਤ ਸੰਬੰਧੀ ਗੱਲਬਾਤ ਕਰਦਿਆਂ ਥਾਣਾ ਬੀ ਡਿਵੀਜ਼ਨ ਦੇ SHO ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ। ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਹ ਜਿਹੜੀ ਦਰਖਾਸਤ ਸਾਡੇ ਕੋਲ ਆਈ ਆ, ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਔਰ ਕੁਛ ਮੈਟਰ ਜਿਹੜਾ ਉਹ ਵੈਰੀਫਾਈ ਕੀਤਾ ਵਾ। ਜਿਹੜਾ ਅਸੀਂ ਵੈਰੀਫਾਈ ਕੀਤਾ ਹੁਣ ਤੱਕ, ਉਹਦੇ ਮੁਤਾਬਕ ਪਰਮਜੀਤ ਕੌਰ ਜਿਹੜੀ ਆ ਇਹ ਮਾਨਸਿਕ ਪ੍ਰੋਬਲਮ ਆ ਇਹਨੂੰ, ਪਿਛਲੇ ਵੀ 2-3 ਵਾਰ ਇਹ ਸਾਡੀ ਨੌਲੇਜ 'ਚ ਆ ਚੁੱਕਾ ਆ। ਪਹਿਲਾਂ ਵੀ ਇਹ ਬਿਮਾਰ ਸੀ ਅਤੇ ਜਦੋਂ ਇਹ ਬਿਮਾਰ ਹੁੰਦੀ ਹੈ ਆਪਣੇ ਘਰ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਵੀ ਮਾੜਾ ਵਿਹਾਰ ਕਰਦੀ ਆ। ਪਿੱਛੇ ਜੇ ਇਹਦੇ ਪਿਤਾ ਲਖਵਿੰਦਰ ਸਿੰਘ ਵੀ ਸਾਡੇ ਕੋਲ ਆਏ ਸੀ ਔਰ ਫਿਰ ਅਸੀਂ ਇਹਨਾਂ ਨੂੰ ਸਲਾਹ ਦੇ ਕੇ ਇਹਨੂੰ ਹੋਸਪਿਟਲ ਐਡਮਿਟ ਕਰਵਾ ਦਿੱਤਾ ਸੀ ਅਤੇ ਹੁਣ ਵੀ ਪਤਾ ਲੱਗਾ ਕਿ ਇਹ ਜਿਹੜੀ ਆ ਦੁਬਾਰਾ ਇਹਦੀ ਪ੍ਰੋਬਲਮ ਆਈ ਆ ਇਹਨੂੰ ਕੋਈ। ਜੇ ਇਹ ਸਾਡੀ ਇਨਕੁਆਇਰੀ ਦੇ ਵਿੱਚ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਉਹਦਾ ਪਰਿਵਾਰ ਉਹਨੂੰ ਗਲਤ ਸ਼ਹਿ ਦਿੰਦਾ ਹੈ ਤੇ ਫਿਰ ਅਸੀਂ ਉਹਦੇ ਪਰਿਵਾਰ ਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਜੀ ਬਕਾਇਦਾ। ਇਹ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਇਲਾਕੇ ਦੇ ਲੋਕ ਕਿੰਨੇ ਪਰੇਸ਼ਾਨ ਹੋਣਗੇ। ਹਾਲਾਂਕਿ ਇਹਨਾਂ ਹਮਲਿਆਂ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਮਾਲੀ ਨੁਕਸਾਨ ਬਹੁਤ ਹੋਇਆ ਹੈ। ਜੇਕਰ ਇਹ ਲੜਕੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਤਾਂ ਇਸ ਨੂੰ ਇਸ ਤਰ੍ਹਾਂ ਖੁੱਲ੍ਹਾ ਰੱਖਣਾ ਸੱਚਮੁੱਚ ਹੀ ਖਤਰੇ ਤੋਂ ਖਾਲੀ ਨਹੀਂ ਹੈ। ਇਸ ਲਈ ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਲੜਕੀ ਦਾ ਇਲਾਜ ਕਰਵਾਉਣ। ਬਿਊਰੋ ਰਿਪੋਰਟ, ਵਰਡ ਪੰਜਾਬੀ ਟੀਵੀ।